ਦੋਸਤੋ ਆਧਾਰ ਕਾਰਡ ਅੱਜ ਦੇ ਟਾਈਮ ਵਿੱਚ ਇੱਕ ਬਹੁਤ ਇੰਪੋਰਟੈਂਟ ਡਾਕੂਮੈਂਟ ਹੋ ਗਿਆ ਹੈ ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਆਧਾਰ ਕਾਰਡ ਨਾਲ ਆਪਣਾ ਮੋਬਾਈਲ ਨੰਬਰ ਲਿੰਕ ਕਿਵੇਂ ਕਰ ਸਕਦੇ ਹਾਂ। ਦੋਸਤੋ ਨਵਾਂ ਆਧਾਰ ਕਾਰਡ ਕਿਵੇਂ ਬਣਾਉਣਾ ਅਤੇ ਆਧਾਰ ਕਾਰਡ ਵਿੱਚ ਐਡਰੈਸ ਕਿਵੇਂ ਚੇਂਜ ਕਰਨਾ, ਇਸ ਦੀ ਵੀਡੀਓ ਮੈਂ ਪਹਿਲਾਂ ਬਣਾ ਚੁੱਕਿਆ ਹਾਂ। ਤੁਹਾਨੂੰ ਉੱਪਰ ਆਈ ਬਟਨ 'ਤੇ ਜਾਂ ਵੀਡੀਓ ਦੇ ਐਂਡ ਵਿੱਚ ਐਂਡ ਸਕਰੀਨ ਵਿੱਚ ਉਹ ਵੀਡੀਓ ਮਿਲ ਜਾਵੇਗੀ, ਜੇ ਤੁਸੀਂ ਚਾਹੋ ਤਾਂ ਉਹ ਚੈੱਕ ਕਰ ਸਕਦੇ ਹੋ। ਕਿਉਂਕਿ ਦੋਸਤੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋ, ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਤਾਂ ਦੋਸਤੋ ਹੁਣ ਸਭ ਤੋਂ ਪਹਿਲਾਂ ਕਰਨਾ ਕੀ ਹੈ, ਤੁਸੀਂ ਆਪਣੇ ਮੋਬਾਈਲ ਦੇ ਬਰਾਊਜ਼ਰ ਵਿੱਚ ਜਾਣਾ ਹੈ, ਉੱਥੇ ਗੂਗਲ ਵਿੱਚ ਸਰਚ ਕਰਨਾ ਹੈ UIDAI.gov.in। ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਇਸਦਾ ਐਡਰੈਸ, ਅਤੇ ਇਸ ਤੋਂ ਬਾਅਦ ਸਰਚ ਕਰਨ ਤੋਂ ਬਾਅਦ ਇਸ ਤਰ੍ਹਾਂ ਹੀ ਦੀ ਜਿਹੜੀ ਵੈਬਸਾਈਟ ਹੈ ਇਹਨਾਂ ਦੀ ਓਪਨ ਹੋ ਜਾਵੇਗੀ। ਆਪਾਂ ਨੀਚੇ ਸਕਰੋਲ ਕਰਨਾ, ਜਦੋਂ ਗੈਟ ਆਧਾਰ ਦਾ ਆਪਾਂ ਨੂੰ ਆਪਸ਼ਨ ਮਿਲ ਜਾਂਦਾ ਹੈ, ਅਤੇ ਇਸ ਤੋਂ ਬਾਅਦ ਆਪਾਂ ਬੁੱਕ ਅਪੋਇੰਟਮੈਂਟ 'ਤੇ ਕਲਿੱਕ ਕਰ ਲਵਾਂਗੇ। ਕਲਿੱਕ ਕਰਨ ਤੋਂ ਬਾਅਦ ਦੋਸਤੋ ਇਸ ਤਰ੍ਹਾਂ ਦਾ ਪੇਜ ਜਿਹੜਾ ਆਪਣੇ ਸਾਹਮਣੇ ਓਪਨ ਹੋ ਜਾਂਦਾ ਹੈ, ਅਤੇ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਕਿਹੜੇ ਕਿਹੜੇ ਕੰਮ ਕਰ ਸਕਦੇ ਹਾਂ ਇਸ ਸਾਈਡ ਤੋਂ। ਆਪਾਂ ਨਿਊ ਆਧਾਰ ਕਾਰਡ ਬਣਾ ਸਕਦੇ ਹਾਂ, ਨੇਮ ਵਿੱਚ ਅਪਡੇਟ ਕਰ ਸਕਦੇ ਹਾਂ, ਐਡਰੈਸ ਵਿੱਚ ਅਪਡੇਟ ਕਰ ਸਕਦੇ ਹਾਂ, ਮੋਬਾਈਲ ਨੰਬਰ ਅਪਡੇਟ ਕਰ ਸਕਦੇ ਹਾਂ, ਅਤੇ ਈਮੇਲ ਐਡਰੈਸ, ਡੇਟ ਆਫ ਬਰਥ, ਅਤੇ ਜੈਂਡਰ, ਬਾਇਓਮੈਟ੍ਰਿਕ, ਫੋਟੋ, ਫਿੰਗਰਪ੍ਰਿੰਟ, ਕੁਝ ਵੀ ਤੁਸੀਂ ਚੇਂਜ ਕਰਨਾ ਚਾਹੋ ਇਸ ਸਾਈਟ ਉੱਪਰ ਕਰ ਸਕਦੇ ਹੋ। ਇਸ ਤੋਂ ਬਾਅਦ ਕਰਨਾ ਕੁਝ ਨਹੀਂ ਦੋਸਤੋ, ਆਪਾਂ ਨੀਚੇ ਵਾਲੇ ਪ੍ਰੋਸੀਡ ਟੂ ਬੁੱਕ ਅਪੋਇੰਟਮੈਂਟ 'ਤੇ ਆਪਾਂ ਕਲਿੱਕ ਕਰ ਲਾਂਗੇ। ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਓਪਨ ਹੋ ਜਾਂਦਾ। ਇਸ ਤੋਂ ਬਾਅਦ ਆਪਾਂ ਇੱਥੇ ਜਸਟ ਆਪਣਾ ਮੋਬਾਈਲ ਨੰਬਰ ਫਿਲ ਕਰਨਾ ਹੈ, ਅਤੇ ਇਹ ਜੋ ਸੇਮ ਕੈਪਚਰ ਬਲੈਕ ਅੱਖਰਾਂ ਵਿੱਚ ਇੱਥੇ ਲਿਖਿਆ ਆਪਾਂ ਇੱਥੇ ਫਿਲ ਕਰ ਦਾਂਗੇ, ਅਤੇ ਸੈਂਡ ਓ ਟੀ ਪੀ 'ਤੇ ਕਲਿੱਕ ਕਰ ਦਾਂਗੇ। ਅਤੇ 2 ਮਿੰਟ ਦੇ ਅੰਦਰ ਅੰਦਰ ਤੁਹਾਡੇ ਕੋਲ ਇੱਕ ਮੋਬਾਈਲ 'ਤੇ ਮੈਸੇਜ ਆਵੇਗਾ, 6 ਅੱਖਰਾਂ ਦਾ ਓ ਟੀ ਪੀ ਹੋਵੇਗਾ ਦੋਸਤੋ, ਅਤੇ ਉਹ ਆਪਾਂ ਇਧਰਲੀ ਸਾਈਡ 'ਤੇ ਇੱਥੇ ਫਿਲ ਕਰਕੇ ਸਬਮਿਟ ਐਂਡ ਪ੍ਰੋਸੀਡ 'ਤੇ ਆਪਾਂ ਕਲਿੱਕ ਕਰ ਦਾਂਗੇ। ਸਬਮਿਟ 'ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਇਸ ਤਰ੍ਹਾਂ ਦਾ ਆਪਸ਼ਨ ਆਪਣੇ ਸਾਹਮਣੇ, 2 ਆਪਸ਼ਨ ਆ ਜਾਣਗੇ। ਜੇ ਨਿਊ ਆਧਾਰ ਕਾਰਡ ਬਣਾਉਣਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰੋ, ਅਤੇ ਜੇ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਅਪਡੇਟ ਆਧਾਰ 'ਤੇ ਆਪਾਂ ਕਲਿੱਕ ਕਰ ਲਵਾਂਗੇ। ਤਾਂ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਓਪਨ ਹੋ ਜਾਂਦਾ। ਇੱਥੇ ਆਪਾਂ ਹੁਣ ਸਭ ਤੋਂ ਪਹਿਲਾਂ ਫਿਲ ਆਪਣਾ ਨੇਮ ਭਰਨਾ, ਜੋ ਵੀ ਆਪਣੇ ਆਧਾਰ ਕਾਰਡ ਵਿੱਚ ਨੇਮ ਹੈ। ਇੱਥੇ ਆਪਾਂ ਆਧਾਰ ਕਾਰਡ ਨੰਬਰ ਆਪਾਂ ਭਰ ਦਾਂਗੇ, ਜਿਹੜਾ 12 ਅੱਖਰਾਂ ਦਾ ਹੁੰਦਾ। ਅਤੇ ਇਸ ਤੋਂ ਬਾਅਦ ਜਿਹੜੀ ਵੀ ਆਪਾਂ ਚੇਂਜਿੰਗ ਕਰਾਉਣੀ ਹੈ, ਨੇਮ ਚੇਂਜ ਕਰਾਉਣਾ, ਨੇਮ ਅਪਡੇਟ ਕਰਾਉਣਾ, ਜੈਂਡਰ ਅਪਡੇਟ ਕਰਾਉਣਾ, ਡੇਟ ਆਫ ਬਰਥ ਅਪਡੇਟ ਕਰਾਉਣੀ ਹੈ, ਜਾਂ ਮੋਬਾਈਲ ਨੰਬਰ, ਐਡਰੈਸ, ਈਮੇਲ ਐਡਰੈਸ ਅਤੇ ਬਾਇਓਮੈਟ੍ਰਿਕ, ਉਸ 'ਤੇ ਆਪਾਂ ਕਲਿੱਕ ਕਰ ਲਾਂਗੇ। ਐਗਜ਼ਾਮਪਲ ਦੇ ਤੌਰ 'ਤੇ ਮੈਂ ਇਹਨਾਂ ਵਿੱਚ 2 ਜਾਂ 3 ਚੀਜ਼ਾਂ ਚੇਂਜ ਕਰਵਾਉਣਾ ਚਾਹੁੰਦਾ, ਤਾਂ ਮੈਂ ਮੋਬਾਈਲ ਨੰਬਰ 'ਤੇ ਵੀ ਕਲਿੱਕ ਕਰ ਲੂੰਗਾ, ਡੇਟ ਆਫ ਬਰਥ 'ਤੇ ਵੀ, ਅਤੇ ਆਪਣੇ ਨੇਮ 'ਤੇ ਵੀ। ਇਸ ਤੋਂ ਬਾਅਦ ਪ੍ਰੋਸੀਡ 'ਤੇ ਆਪਾਂ ਕਲਿੱਕ ਕਰ ਦਾਂਗੇ। ਤਾਂ ਨਾਮ ਅਤੇ ਆਧਾਰ ਨੰਬਰ ਫਿਲ ਕਰਨ ਤੋਂ ਬਾਅਦ ਦੋਸਤੋ ਆਪਣਾ ਮੋਬਾਈਲ ਨੰਬਰ ਫਿਲ ਕਰਕੇ ਇੱਕ ਓ ਟੀ ਪੀ ਵੈਰੀਫਾਈ ਹੋਵੇਗਾ, ਤੁਹਾਡੇ ਮੋਬਾਈਲ 'ਤੇ 6 ਅੱਖਰਾਂ ਦਾ ਓ ਟੀ ਪੀ ਫੇਰ ਤੋਂ ਆਵੇਗਾ, ਅਤੇ ਆਪਾਂ ਇੱਥੇ ਉਹ ਇੰਟਰ ਕਰ ਦਾਂਗੇ, ਅਤੇ ਵੈਰੀਫਾਈ ਓ ਟੀ ਪੀ 'ਤੇ ਆਪਾਂ ਇੱਥੇ ਕਲਿੱਕ ਕਰਕੇ ਨੈਕਸਟ ਐਂਡ ਪ੍ਰੋਸੀਡ 'ਤੇ ਕਲਿੱਕ ਕਰ ਦਾਂਗੇ। ਕਿਉਂਕਿ ਦੋਸਤੋ ਤਾਂ ਦੋਸਤੋ ਇਸ ਤੋਂ ਬਾਅਦ ਆਪਾਂ ਕੁਛ ਨਹੀਂ ਕਰਨਾ, ਜਸਟ ਆਪਾਂ ਇੱਥੇ ਟਿੱਕ ਮਾਰ ਦੀ ਨਿਸ਼ਾਨੀ ਲਾਉਣੀ ਹੈ, ਅਤੇ ਨੈਕਸਟ 'ਤੇ ਆਪਾਂ ਸਬਮਿਟ 'ਤੇ ਆਪਾਂ ਕਲਿੱਕ ਕਰ ਦਾਂਗੇ। ਅਪੋਇੰਟਮੈਂਟ ਨੰਬਰ ਜਿਹੜਾ ਉਹ ਇਸ਼ੂ ਹੋ ਜਾਂਦਾ ਹੈ, ਇਹ ਆਪਾਂ ਜ਼ਿਆਦਾ ਸਕਰੀਨਸ਼ੋਟ ਲੈ ਲੈਣਾ ਹੈ, ਜਾਂ ਇਸ ਨੂੰ ਕਿਸੇ ਕਾਪੀ 'ਤੇ ਲਿਖ ਕੇ ਆਪਾਂ ਸੇਵ ਰੱਖਾਂਗੇ, ਇਸ ਦੀ ਜ਼ਰੂਰਤ ਆਪਾਂ ਨੂੰ ਬਾਅਦ 'ਚ ਪੈਵੇਗੀ। ਅਤੇ ਇਸ ਤਰ੍ਹਾਂ ਦਾ ਪੇਜ ਓਪਨ ਹੋਣ ਤੋਂ ਬਾਅਦ ਆਪਾਂ ਬੁੱਕ ਐਨ ਅਪੋਇੰਟਮੈਂਟ 'ਤੇ ਕਲਿੱਕ ਕਰਾਂਗੇ, ਇੱਥੇ ਆਪਾਂ ਆਪਣਾ ਏਰੀਏ ਦਾ ਪਿੰਨ ਕੋਡ, ਜਿਹੜਾ ਵੀ ਆਪਣਾ ਪਿੰਨ ਕੋਡ ਹੈ, ਇੱਥੇ ਆਪਾਂ ਸਰਚ ਕਰਾਂਗੇ ਅਤੇ ਗੈਟ ਡਿਟੇਲ 'ਤੇ ਕਲਿੱਕ ਕਰ ਦਾਂਗੇ। ਇਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਕਿ ਤੁਹਾਡੇ ਨੇੜੇ ਦੇ ਏਰੀਏ ਵਿੱਚ ਜਿਹੜੇ ਵੀ ਆਪਣੇ ਸੇਵਾ ਕੇਂਦਰ ਜਾਂ CSC ਸੈਂਟਰ ਹੈ, ਉਸਦਾ ਪੂਰਾ ਆਪਾਂ ਨੂੰ ਇਨਫੋਰਮੇਸ਼ਨ ਇੱਥੇ ਆਪਾਂ ਨੂੰ ਮਿਲ ਜਾਂਦੀ ਹੈ, ਅਤੇ ਜਿਹੜੇ ਵੀ ਤੁਹਾਡੇ ਨੇੜੇ ਲੱਗਦਾ ਇੱਥੇ ਆਪਾਂ ਐਡਰੈਸ ਚੈੱਕ ਕਰ ਲਾਂਗੇ, ਕਿਹੜੇ ਮੇਰੇ ਨੇੜੇ ਲੱਗਦਾ, ਅਤੇ ਉੱਥੇ ਬੁੱਕ ਐਂਡ ਅਪੋਇੰਟਮੈਂਟ 'ਤੇ ਆਪਾਂ ਕਲਿੱਕ ਕਰ ਲਾਂਗੇ। ਅਤੇ ਜਿਹੜੀ ਵੀ ਡੇਟ ਨੂੰ ਤੁਸੀਂ ਫ੍ਰੀ ਹੋ ਉਸ ਦਿਨ ਦੀ ਆਪਾਂ ਅਪੋਇੰਟਮੈਂਟ ਲੈ ਕੇ ਇੱਕ ਵਾਰ ਆਪਾਂ ਸੇਵਾ ਕੇਂਦਰ ਜਾਂ CSC ਸੈਂਟਰ 'ਤੇ ਜਾਣਾ ਹੈ, ਅਤੇ ਆਪਣੇ ਜੋ ਪਰੂਫ ਨੇ ਉਹ ਉੱਥੇ ਦਿਖਾਉਣੀ ਹੈ, ਅਤੇ ਇੱਕ ਫੋਟੋ ਕਲਿੱਕ ਕਰਾਉਣੀ ਹੈ, ਅਤੇ ਨਾਲ ਦੀ ਨਾਲ ਤੁਹਾਡੀ ਇਹ ਚੇਂਜਿੰਗ ਕਰ ਦਿੱਤੀ ਜਾਵੇਗੀ, ਅਤੇ ਆਧਾਰ ਕਾਰਡ ਵਿੱਚ ਅਪਡੇਟ ਹੋ ਜਾਵੇਗਾ। ਦੋਸਤੋ ਜੇਕਰ ਕੋਈ ਵੀ ਸਵਾਲ ਇਸ ਰਿਲੇਟਡ ਤੁਹਾਡੇ ਮਨ ਵਿੱਚ ਹੈ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਜ਼ਰੂਰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗਾ। ਅਤੇ ਹਾਂ, ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।